ਜਿੱਥੇ ਪੰਜਾਬ ਸਰਕਾਰ ਸੂਬੇ ਵਿੱਚੋਂ ਨਸ਼ੇ ਨੂੰ ਜੜੋਂ ਖਤਮ ਕਰਨ ਦੀਆਂ ਅਹਿਮ ਕੋਸ਼ਿਸ਼ਾਂ ਕਰ ਰਹੀ ਹੈ, ਉੱਥੇ ਹੀ ਸਾਬਕਾ ਸਾਂਸਦ ਤੇ ਤ੍ਰਿਣਮੂਲ ਕਾਂਗਰਸ ਦੇ ਪੰਜਾਬ ਪ੍ਰਧਾਨ ਜਗਮੀਤ ਬਰਾੜ ਦਾ ਇੱਕ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਜਗਮੀਤ ਬਰਾੜ ਸੂਬੇ ਵਿੱਚ ਨਸ਼ੇ ਦੀ ਖੇਤੀ ਕਰਨ ਦੀ ਗੱਲ ਆਖ ਰਹੇ ਨੇ। ਜਗਮੀਤ ਬਰਾੜ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਨੂੰ 5 ਕਿੱਲੇ ਦੀ ਜ਼ਮੀਨ ਵਿੱਚ ਅਫੀਮ ਦੀ ਖੇਤੀ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਉਹਨਾਂ ਇਹ ਵੀ ਆਖਿਆ ਕਿ ਅਜਿਹਾ ਕੰਮ ਕਰਨ ਦੇ ਨਾਲ ਮੈਡੀਕਲ ਵਿੱਚ ਵੀ ਇਸ ਦੀ ਵਰਤੋਂ ਹੋ ਸਕੇਗੀ ਅਤੇ ਕਿਸਾਨਾਂ ਨੂੰ ਵੀ ਫਾਇਦਾ ਮਿਲ ਸਕੇਗਾ। ਉਹਨਾਂ ਆਖਿਆ ਕਿ ਇਸ ਦੇ ਨਾਲ ਕਰਜ਼ੇ ਦੇ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ। ਕੇਂਦਰ ਸਰਕਾਰ ਆਪਣੀ ਨਿਗਰਾਨੀ ਹੇਠ ਪੰਜਾਬ ਦੇ ਕਿਸਾਨਾਂ ਨੂੰ ਅਫੀਮ ਦੀ ਖੇਤੀ ਕਰਨ ਦੀ ਇਜਾਜ਼ਤ ਦੇਵੇ। ਜਗਮੀਤ ਬਰਾੜ ਤੋਂ ਪਹਿਲਾਂ ਆਪ ਦੇ ਸਾਂਸਦ ਗਾਂਧੀ ਨੇ ਵੀ ਅਜਿਹੀ ਬਿਆਨ ਦਿੱਤੇ ਸਨ ਕਿ ਇਹ ਮਿੱਟੀ ਤੇ ਧਰਤੀ ਜਿਹਨੂੰ ਸਦੀਆਂ ਤੋਂ ਲੋਕ ਜਿਹੜੇ ਵਾਹ ਰਹੇ ਨੇ ਉੱਥੇ ਆਪਦੀ ਮਰਜ਼ੀ ਨਾਲ ਅੰਡਰ ਦਾ ਗਵਰਨਮੈਂਟ ਸੁਪਰਵਿਜ਼ਨ ਅੰਡਰ ਦੀ ਸੁਪਰਵਿਜ਼ਨ ਆਫ ਦੀ ਗਵਰਨਮੈਂਟ ਆਫ ਇੰਡੀਆ ਅੰਡਰ ਦੀ ਸੁਪਰਵਿਜ਼ਨ ਆਫ ਦੀ ਸਿਕਿਉਰਿਟੀ ਜਿਹਦੇ ਕੋਲ ਪੰਜਾਬ 'ਚ 1 ਮਰਲੇ ਤੋਂ ਲੈ ਕੇ 5 ਏਕੜ ਤੱਕ ਜ਼ਮੀਨ ਆ ਉਹਨੂੰ ਓਪੀਅਮ ਦੀ ਖੇਤੀ ਕਰਨ ਦੀ ਅਲਾਓ ਕਰਨਾ ਚਾਹੀਦਾ ਤਾਂ ਕਿ ਜਿਹੜਾ ਐਗਰੇਰੀਅਨ ਕ੍ਰਾਈਸਿਸ ਹੈ ਉਹਦੇ ਨਾਲ ਰਿਲੇਟਡ ਹੈ। ਮੁਫਤ ਚੀਜ਼ਾਂ ਦੇ ਕੇ ਐਗਰੇਰੀਅਨ ਕ੍ਰਾਈਸਿਸ 'ਚੋਂ ਨਿਕਲਿਆ ਨਹੀਂ ਜਾ ਸਕਦਾ। ਸਰਕਾਰ ਕੋਲ ਪੈਸਾ ਨਹੀਂ, ਆਰਥਿਕ ਸੰਕਟ ਹੈ। ਅਗਰ ਸਾਡੀ 10 ਗੁਣਾ ਇਨਕਮ ਵੱਧਦੀ ਹੈ ਓਪੀਅਮ ਗਰੋ ਕਰਨ ਨਾਲ ਔਰ ਸਾਨੂੰ ਅਲਾਓ ਕਰਦੀ ਹੈ ਭਾਰਤ ਦੀ ਸਰਕਾਰ ਔਰ ਅਸੀਂ ਵਿਦ ਇਨ ਦੀ ਐਂਬਿਟ ਆਫ ਦੀ ਕੋਨਸਟੀਟਿਊਸ਼ਨ ਵੀ ਆਰ ਨੋਟ ਆਸਕਿੰਗ ਐਨੀਥਿੰਗ ਵਿਚ ਇਜ਼ ਰੋਂਗ ਬਿਕੋਜ਼ ਸੁਪਰੀਮ ਕੋਰਟ ਦਾ ਇਹ ਆਰਡਰ ਹੈ ਕਿ ਧਰਤੀ ਦੇ ਥੱਲੇ ਦਾ ਜਿਣਸ ਕਿਸੇ ਦੇ ਖੇਤ 'ਚੋਂ ਕਿਸੇ ਦੇ ਘਰ 'ਚੋਂ ਜਿਹੜਾ ਨਿਕਲਦਾ ਉਹਦਾ ਉਹ ਮਾਲਕ ਹੈ।